ਕਾਦੀਆ ਦੇ ਪਿੰਡ ਨਤਮੋਕਲ 'ਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 80 ਸਾਲਾ ਬਜ਼ੁਰਗ ਨੂੰ ਉਸਦੇ ਪੁੱਤਰਾਂ ਵੱਲੋਂ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਸਮਾਜ ਸੇਵੀ ਵੱਲੋਂ ਬਜ਼ੁਰਗ ਮਾਤਾ ਨੂੰ ਆਪਣੇ ਘਰ ਲਿਜਾਇਆ ਗਿਆ। ਇਸ ਘਟਨਾ ਸੰਬੰਧੀ ਪੀੜਤ ਬਜ਼ੁਰਗ ਦਾ ਕੀ ਕਹਿਣਾ ਹੈ, ਉਹ ਦਰਦ ਭਰੀ ਕਹਾਣੀ ਤੁਹਾਨੂੰ ਸੁਣਾ ਦਿੰਦੇ ਹਾਂ। ਮੈਂ ਜੀ ਮਾਤਾ ਵਾਸਤੇ ਬੇਨਤੀ ਕਰਨਾ ਚਾਹੁੰਦਾ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੇ ਜਗਤ ਨੂੰ ਕਿ ਵੇਖੋ ਮਾਂ ਮਾਂ ਹੀ ਹੁੰਦੀ ਹੈ। ਇਹ ਮਾਂ ਨੇ ਸਾਨੂੰ ਜੰਮਿਆ ਪਾਲਿਆ, ਦੁੱਖ ਝੱਲੇ ਸਾਡੇ ਵਾਸਤੇ, ਸਾਨੂੰ ਨਿੱਕਿਆਂ ਹੁੰਦਿਆਂ ਤੋਂ ਸਾਡੀ ਟੱਟੀ ਬਾਥਰੂਮ ਪਿਸ਼ਾਬ ਸਾਡੇ ਗਿੱਲੇ ਕੱਪੜੇ ਬਦਲ ਕੇ ਆਪ ਗਿੱਲੇ ਥਾਂ ਸੌਂਦੀ, ਸਾਨੂੰ ਸੁੱਕੇ ਥਾਂ ਪਾਇਆ। ਅੱਜ ਜਦੋਂ ਮਾਂ ਨੂੰ ਪ੍ਰਸ਼ਨ ਪੁੱਛੇ ਗਏ ਕਿ ਤੂੰ ਆਪਣੇ ਬੱਚਿਆਂ ਨੂੰ ਸਜ਼ਾਵਾਂ ਦਿਵਾਉਣੀ ਚਾਹੁੰਦੀ ਹੈ, ਅਤੇ ਮਾਂ ਦਾ ਕਿੰਨਾ ਵੱਡਾ ਜਿਗਰਾ ਮਾਂ ਰੋ ਰਹੀ ਹੈ, ਸਾਰੇ ਸਰੀਰ 'ਤੇ ਫੱਟ ਨੇ, ਬਹੁਤ ਜ਼ਿਆਦਾ ਪੁੱਤਰਾਂ ਵੱਲੋਂ ਕੁੱਟਿਆ ਗਿਆ, ਅਤੇ ਸਾਨੂੰ ਥਾਣੇ ਤੋਂ ਫੋਨ ਆਇਆ ਕਿ ਥਾਣੇ ਦੇ ਵਿੱਚ ਬਜ਼ੁਰਗ ਮਾਤਾ ਆਈ ਹੈ, ਉਹਦਾ ਟ੍ਰੀਟਮੈਂਟ ਕਰਵਾਓ। ਸਸਤਾ ਦੇ ਤੌਰ 'ਤੇ ਸਾਨੂੰ ਥਾਣੇ ਤੋਂ ਫੋਨ ਆਇਆ, ਐਪਲੀਕੇਸ਼ਨ ਦਿੱਤੀ, ਮਾਤਾ ਨੂੰ ਮੈਂ ਘਰ ਲਿਆ ਕੇ ਪਾਣੀ ਪੂਣੀ ਪਿਆਇਆ। ਜਦੋਂ ਹੁਣ ਪ੍ਰੈਸ ਵੱਲੋਂ ਵੀ ਮਾਤਾ ਨੂੰ ਕੁਐਸਚਨ ਪੁੱਛੇ ਗਏ ਕਿ ਮਾਤਾ ਹੁਣ ਤੂੰ ਕੀ ਮੰਗ ਕਰਦੀ ਹੈ, ਅਤੇ ਮਾਤਾ ਨੇ ਕਿਹਾ ਕਿ ਕਿਸ ਤਰ੍ਹਾਂ ਦੀ ਸਜ਼ਾ ਦਵਾਓਗੇ। ਮਾਤਾ ਫਿਰ ਡਰ ਗਈ ਕਿ ਮੇਰੇ ਬੱਚੇ ਨੇ ਦਿਹਾੜੀ ਕਰਦੇ ਨੇ, ਕਮਾਈ ਕਰਦੇ ਨੇ, ਅਤੇ ਪੁੱਤਰ ਕਿਸ ਤਰ੍ਹਾਂ ਦੀ ਸਜ਼ਾ ਦਵਾਓਗੇ, ਕਿ ਮਾਤਾ ਡਰ ਗਈ ਕਿ ਕਿਤੇ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਪਰ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਇਹੋ ਜਿਹਾ ਬੱਚਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਮਾਤਾ 'ਤੇ ਨਹੀਂ ਸਹਿਮਤ ਸਜ਼ਾਵਾਂ ਦੇਣ ਦੇ ਵਿੱਚ, ਪਰ ਜੋ ਮਾਤਾ ਦਾ ਅੱਜ ਹਾਲਾਤ ਅਸੀਂ ਵੇਖ ਰਹੇ ਹਾਂ ਬਹੁਤ। ਇਸ ਸੰਬੰਧੀ ਬਜ਼ੁਰਗ ਔਰਤ ਦੀ ਦੇਖਭਾਲ ਕਰ ਰਹੇ ਸਮਾਜ ਸੇਵੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮਦਦ ਲਈ ਪਹੁੰਚੇ ਨੇ। ਕੀ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਬਾਰੇ? ਤੇਰੇ ਇਹੀ ਕਹਿਣਾ ਚਾਹੁੰਦੀ ਹਾਂ, ਜਦ ਬਕਾਓ ਫੰਡੋ ਆਪੇ ਸਿੱਧੇ ਹੋ ਜਾਣਗੇ। ਮੈਂ ਮਾੜੀ ਨੇ ਇੱਥੇ ਆਉਣਾ, ਹੋਰ ਮੈਂ ਕਿੱਥੇ ਜਾਵਾਂ? ਜਾਣ ਨੂੰ ਖਤਰਾ ਹੈ। ਹਾਂ, ਮੈਨੂੰ ਆਉਂਦੇ ਨੇ ਤੇਰੀ ਸੰਗੀ ਘੋੜ ਛੱਡਣੀ ਹੈ, ਥੋੜੀ ਮਾਰ ਕੇ ਮਾਰ ਛੱਡਣਾ। ਤੇ ਤੁਹਾਡੇ ਬੱਚੇ ਜਾਂ ਹੋਰ ਕਿਸੇ ਦੇ? ਮੇਰੇ ਨੇ ਪੁੱਤਰ, ਸੱਕੇ ਪੁੱਤਰ ਨੇ ਮੇਰੇ। ਕਲਜੁਗੀ ਪੋਤੋਗੇ ਤੁਹਾਡੇ? ਬੜੇ ਪੁੱਤਰ ਸਹਿ ਕੇ ਬੱਚੇ ਲੱਗੇ। ਠਹਿਰੂ ਨੂੰ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕਿਹੋ ਜਿਹੀ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ। ਕਾਦੀਆ ਤੋਂ ਕੁਲਵਿੰਦਰ ਸਿੰਘ ਭਾਟੀਆ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563।